ਪੱਪੀ ਬਾਣੀ ਦੇ ਬੋਲ ਸੁਣੇ ਭਾਈ ਤੈਣਾ ਜੀ ਇਹ ਲੱਗਿਆ ਜਿਵੇਂ ਕਿਸੇ ਨੇ ਝੰਡੋੜ ਕੇ ਰੱਖ ਦਿੱਤਾ ਹੋਵੇ ਮੈਂ ਗੱਲ ਰੋਕ ਕੇ ਗੱਲ ਆਪ ਜੀ ਨਾਲ ਹੋਰ ਸਾਂਝੀ ਕਰ ਦੇਣੀ ਚਾਹੁੰਦਾ ਗੁਰ ਸ਼ਬਦ ਕੀ ਹੈ ਇਹ ਰੱਬ ਦੇ ਘਰੋਂ ਆਏ ਬੋਲ ਨੇ ਇਹ ਸਾਡੇ ਮੂਲ ਦਾ ਗਿਆਨ ਹੈ ਜਦੋਂ ਵੀ ਕਦੀ ਪਰਮੇਸ਼ਰ ਦੇ ਦਰਨਾ ਕਿਸੇ ਦੀ ਸਾਂਝ ਬਣੀ ਭੁੱਲਿਆ ਹੋਇਆ ਨੂੰ ਸ਼ਬਦ ਮੋੜ ਕੇ ਲਿਆ ਗੁਰ ਸ਼ਬਦ ਨੇ ਹਜ਼ੂਰਾਂ ਦਿੱਤਾ ਜੇ ਅੱਜ ਭਾਈ ਲੈਣਾ ਦੀ ਦੇਵੀ ਦੇ ਪੁਜਾਰੀ ਨੇ ਤੇ ਗੁਰ ਸ਼ਬਦ ਇਹਨਾਂ ਨੂੰ ਹਜ਼ੂਰਾਂ ਦਿੰਦਾ ਗੁਰ ਸ਼ਬਦ ਕੀ ਹੁੰਦਾ ਹੈ ਗੁਰ ਸ਼ਬਦ ਅੰਦਰ ਨੂੰ ਹਿਲਾਉਂਦਾ ਹੈ ਉਹ ਗੁਰ ਸ਼ਬਦ ਅੰਦਰ ਨੂੰ ਹਿਲਾਉਂਦਾ ਰੱਬ ਦੇ ਘਰ ਦੇ ਬੋਲ ਨੇ ਇੱਕ ਦਿਨ ਪਹਿਲਾਂ ਵੀ ਅਰਜ਼ ਕੀਤੀ ਸੀ ਮੈਂ ਦੁਹਰਾ ਦੇਣੀ ਚਾਹੁੰਦਾ ਤਾਂ ਕਿ ਗੱਲ ਪਕੜ ਵਿੱਚ ਆ ਜਾਵੇ ਅਸੀਂ ਹਾਂ ਪਰਦੇਸ਼ ਵਿੱਚ ਆ ਕੇ ਇੰਨੇ ਕ੍ਰਮ ਜਾਈਏ ਹੋਰ ਹੋਰ ਚੀਜ਼ਾਂ 'ਚ ਇੰਨੇ ਕ੍ਰਮ ਜਾਈਏ ਅਸੀਂ ਆਪਣਾ ਦੇਸ਼ ਭੁੱਲ ਜਾਈਏ ਦੇਸ਼ ਦਾ ਖਿਆਲ ਹੀ ਨਾ ਰਹੇ ਦੇਸ਼ ਚੇਤੇ ਹੀ ਨਾ ਆਵੇ ਦੇਸ਼ ਨੂੰ ਜਾਣ ਦੀ ਗੱਲ ਤੇ ਬੜੀ ਲੋੜ ਦੀ ਰਹੀ ਦੇਸ਼ ਦਾ ਖਿਆਲ ਹੀ ਮਨ ਚੋਂ ਨਿਕਲ ਜਾਏ ਪਰ ਦੇਸ਼ ਨੂੰ ਸਭ ਕੁਝ ਮੰਨ ਕੇ ਰਹਿ ਜਾਈਏ ਇੱਕ ਦਿਨ ਐਸਾ ਵੇ ਬਾਜ਼ਾਰ ਵਿੱਚ ਤੁਰੇ ਜਾਂਦੇ ਹਾਂ ਕੋਈ ਆਪਣੇ ਦੇਸ਼ ਦਾ ਬੰਦਾ ਮਿਲਦਾ ਆਪਣੇ ਦੇਸ਼ ਦਾ ਬੰਦਾ ਮਿਲਿਆ ਉਹਨੇ ਕੁਝ ਬੋਲ ਆਪਣੇ ਦੇਸ਼ ਦੇ ਆਖੇ ਉਹਨੇ ਆਪਣੇ ਦੇਸ਼ ਦੀ ਗੱਲ ਕੀਤੀ ਉਹਨੇ ਕੁਝ ਬੋਲ ਕਹੇ ਆਪਣੇ ਦੇਸ਼ ਦੇ ਉਹਨੇ ਕੁਝ ਗੱਲਾਂ ਕੀਤੀਆਂ ਆਪਣੇ ਦੇਸ਼ ਦੀਆਂ ਉਹਨੇ ਕੁਝ ਗੱਲਾਂ ਕੀਤੀਆਂ ਆਪਣੇ ਨਗਰ ਦੀਆਂ ਉਹਨੇ ਕੁਝ ਗੱਲਾਂ ਕੀਤੀਆਂ ਆਪਣੇ ਘਰ ਪਰਿਵਾਰ ਦੀਆਂ ਜਦ ਉਹਨੇ ਗੱਲਾਂ ਕੀਤੀਆਂ ਆ ਸੁਣਨ ਵਾਲਾ ਜਿਹੜਾ ਦੇਸ਼ ਨੂੰ ਭੁੱਲ ਕੇ ਬੈਠਾ ਸੀ ਸੁਣਨ ਵਾਲਾ ਜਿਹੜਾ ਆਪਣੇ ਦੇਸ਼ ਦਾ ਖਿਆਲ ਮਨ ਚੋਂ ਕੱਢੀ ਬੈਠਾ ਸੀ ਅੱਜ ਝੰਡੋੜਿਆ ਗਿਆ ਇਹਨੂੰ ਆਪਣਾ ਦੇਸ਼ ਚੇਤਿਆ ਗਿਆ ਇਹਦੇ ਮਨ ਅੰਦਰ ਦੇਸ਼ ਨੂੰ ਜਾਣ ਦੀ ਤਾਂਘ ਪੈਦਾ ਹੋਈ ਇਹਨੂੰ ਆਪਣਾ ਪਿੰਡ ਚੇਤੇ ਆ ਗਿਆ ਇਹਨੂੰ ਆਪਣਾ ਨਗਰ ਚੇਤੇ ਆ ਗਿਆ ਜਿਹੜਾ ਭੁੱਲੀ ਬੈਠਾ ਸੀ ਅੱਜ ਹੋਸ਼ ਵਿੱਚ ਆਇਆ ਜਿਹੜਾ ਭੁੱਲੀ ਬੈਠਾ ਸੀ ਉਹਨੂੰ ਹਲੂਣਾ ਆਇਆ ਇਹਨੂੰ ਆਪਣੇ ਦੇਸ਼ ਜਾਣ ਦੀ ਤਾਂਘ ਪੈਦਾ ਹੋਈ ਇਹਦੇ ਦੇਸ਼ ਦਾ ਮਨੁੱਖ ਮਿਲਿਆ ਉਹਨੇ ਦੇਸ਼ ਦੀ ਗੱਲ ਕੀਤੀ ਰੱਬੀ ਬਾਣੀ ਕੀ ਹੈ ਸਾਡਾ ਦੇਸ਼ ਕੀ ਹੈ ਪਰਮੇਸ਼ਰ ਦਾ ਘਰ ਅਤੇ ਪ੍ਰਦੇਸ਼ ਹੈ ਅਸੀਂ ਪ੍ਰਦੇਸ਼ ਵਿੱਚ ਆ ਕੇ ਇੰਨਾ ਕੁ ਭੁੱਲ ਗਏ ਹਾਂ ਅਸੀਂ ਪ੍ਰਦੇਸ਼ ਵਿੱਚ ਆ ਕੇ ਇੰਨੇ ਕੁ ਰੰਮ ਗਏ ਹਾਂ ਤੇ ਸਾਨੂੰ ਦੇਸ਼ ਚੇਤੇ ਨਹੀਂ ਹੁੰਦਾ ਸਾਨੂੰ ਮਾਲਕ ਦੇ ਘਰ ਦਾ ਖਿਆਲ ਨਹੀਂ ਸਾਨੂੰ ਆਪਣੇ ਦੇਸ਼ ਦਾ ਖਿਆਲ ਨਹੀਂ ਸਾਨੂੰ ਆਪਣੇ ਅਸਲ ਘਰ ਦਾ ਖਿਆਲ ਨਹੀਂ ਅਸਲ ਘਰ ਤੇ ਮਾਲਕ ਦਾ ਦਰ ਮਾਲਕ ਦੇ ਦਰ ਦਾ ਖਿਆਲ ਸਾਨੂੰ ਨਹੀਂ ਹੁੰਦਾ ਸਾਨੂੰ ਆਪਣੇ ਘਰ ਦਾ ਚੇਤਾ ਨਹੀਂ ਹੁੰਦਾ ਸਾਨੂੰ ਆਪਣੇ ਦੇਸ਼ ਦਾ ਚੇਤਾ ਨਹੀਂ ਹੁੰਦਾ ਸਤਿਗੁਰੂ ਕੌਣ ਹੈ ਸਤਿਗੁਰੂ ਸਾਡੇ ਦੇਸ਼ ਤੋਂ ਆਏ ਸਤਿਗੁਰੂ ਰੱਬ ਦੇ ਘਰੋਂ ਆਏ ਸਤਿਗੁਰੂ ਪਰਮੇਸ਼ਰ ਰੂਪ ਨੇ ਸਤਿਗੁਰੂ ਸਾਡੇ ਦੇਸ਼ ਤੋਂ ਆਏ ਸਤਿਗੁਰੂ ਫਿਰ ਸਿੱਖ ਨੂੰ ਹਲੂਣਦੇ ਨੇ ਗੁਰ ਸ਼ਬਦ ਰਾਹੀਂ ਗੁਰ ਸ਼ਬਦ ਕੀ ਹੈ ਸਾਡੇ ਘਰ ਦੀ ਗੱਲ ਹੈ ਗੁਰ ਸ਼ਬਦ ਕੀ ਹੈ ਸਾਡੇ ਦੇਸ਼ ਦੀ ਗੱਲ ਹੈ ਗੁਰ ਸ਼ਬਦ ਕੀ ਹੈ ਰੱਬ ਦੇ ਘਰ ਦੀ ਰੱਬ ਦਾ ਘਰ ਸਾਡਾ ਆਪਣਾ ਘਰ ਰੱਬ ਦਾ ਦੇਸ਼ ਸਾਡਾ ਆਪਣਾ ਦੇਸ਼ ਹੈ ਗੁਰ ਸ਼ਬਦ ਕੀ ਹੈ ਉਹ ਸਾਡੇ ਰੱਬ ਦੇ ਘਰ ਦੀ ਗੱਲ ਹੈ ਗੁਰ ਸ਼ਬਦ ਸਾਡੇ ਆਪਣੇ ਘਰ ਦੀ ਗੱਲ ਹੈ ਗੁਰ ਸ਼ਬਦ ਆਪਣੇ ਦੇਸ਼ ਦੀ ਗੱਲ ਹੈ ਇਸੇ ਕਰਕੇ ਜਦੋਂ ਸਤਿਗੁਰੂ ਸ਼ਬਦ ਦੀ ਦਾਤ ਦਿੰਦੇ ਨੇ ਮਨੁੱਖ ਨੂੰ ਆਪਣਾ ਘਰ ਚੇਤੇ ਆਉਂਦਾ ਤੇ ਸਾਰੇ ਕਰਮਕਾਂਡ ਛੱਡ ਕੇ ਸਾਰਾ ਕੁਝ ਛੱਡ ਕੇ ਮਨੁੱਖ ਦੇ ਮਨ ਦੇ ਅੰਦਰ ਪਰਮੇਸ਼ਰ ਨੂੰ ਮਿਲਣ ਦੀ ਤਾਂ ਪੈਦਾ ਖੈਰ ਜਦੋਂ ਵੀ ਕੋਈ ਸਤਿਗੁਰ ਦੇ ਦਰ ਵੱਲ ਭੁੱਲਾ ਭਟਕੇ ਆਇਆ ਗੁਰ ਸ਼ਬਦ ਲੈ ਕੇ ਆਇਆ ਭਾਵੇਂ ਭਾਈ ਲਹਿਣਾ ਜੀ ਦੀ ਗੱਲ ਹੋਵੇ ਭਾਵੇਂ ਬਾਬਾ ਅਮਰਦਾਸ ਜੀ ਦੀ ਗੱਲ ਹੋਵੇ ਬਾਬਾ ਅਮਰਦਾਸ ਜੀ ਆਏ 21 ਵਾਰ ਤੀਰਥਾਂ ਤੇ ਗਏ ਸਨ ਜਦੋਂ ਆਏ ਉਦੋਂ ਬੀਬੀ ਅਮਰੋ ਕੋਲ ਰੱਬੀ ਬਾਣੀ ਸੁਣੀ ਰੱਬੀ ਬਾਣੀ ਨਾਲ ਉਹ ਗੁਰ ਸ਼ਬਦ ਖਿੱਚ ਕੇ ਗੁਰੂ ਚਰਨਾਂ 'ਚ ਲੈ ਗਿਆ ਰੱਬੀ ਬਾਣੀ ਨੇ ਜ਼ਿੰਦਗੀ ਬਦਲ ਦਿੱਤੀ ਖੈਰ ਭਾਈ ਲਹਿਣਾ ਜੀ ਦੇਵੀ ਦੇ ਪੁਜਾਰੀ ਨੇ ਮੂਰਤੀਆਂ ਦੀ ਪੂਜਾ ਕਰਨ ਵਾਲੇ ਨੇ ਦੇਵੀ ਦੀ ਪੂਜਾ ਕਰਕੇ ਆਪਣਾ ਸਮਾਂ ਗੁਜ਼ਾਰਨ ਵਾਲੇ ਨੇ ਦੇਵੀ ਨੂੰ ਪੂਜਾ ਦੇਵੀ ਦੀ ਪੂਜਾ ਹੀ ਉਹਨਾਂ ਨੇ ਆਪਣਾ ਧਰਮ ਸਮਝਿਆ ਹੋਇਆ ਪਰ ਜਦ ਅੱਜ ਪਰ ਮਨ ਦੇ ਅੰਦਰ ਬੇਚੈਨੀ ਹੈ ਹਿਰਦੇ ਅੰਦਰ ਟਿਕਾ ਨਹੀਂ ਹੈ ਟਿਕਾ ਹੋਵੇ ਵੀ ਕਿਵੇਂ ਜਦੋਂ ਰੱਬੀ ਬਾਣੀ ਬੜੀ ਹੈ ਨਾ ਰੱਬੀ ਬਾਣੀ ਬੜੀ ਗੱਲ ਸਪਸ਼ਟ ਕਰਦੀ ਹੈ ਕਹਿੰਦੇ ਭਲਿਓ
टिका उत्थे मिलेगा ओदी पूजा विच ओदी सेवा विच टिका मिलेगा जिहदे घर विच टिका होवे ते बहुत सोहणे बचन गुरदेव ने रब्बी बाणी अंदर कीते कह लगे शिव शिव करते जो नर ध्यावै जिहड़े शिव शिव करके शिव शिव करके शिव नूं जपणगे शिव नूं ध्याउणगे मिलेगा की बर्द तेरे डारू टमकावै ओह वी बर्द ते चढ़ के डारू टमकाउंदे पैणगे इस तों बाद कुछ वी नहीं मिलेगा। जो देवी की पूजा की गल आई महामाई की सेवा करे जो देवी का जो पुजारी होगा ओनू मिलेगा की कहते मिलना की है नर से नार हुए जो हम फर्क की जोनी में है अगली जोनी स्त्री की मिल जाएगी इस तो बाद नहीं कुछ भी मिलेगा। तू कही तो आत्मानी मुक्त की वरिया काश पानी भगत जी कहते हम तो यह कर्मैया ले हो आम दे बदलाव दे कहते असि तो एक मालिक रमैया सिमरते हैं और रमया हुआ परमेश्वर की बंदगी में जुड़ते हैं हाँ तो एक रमैया ले हो आम दे बदलाव दे हो कहते सारे देवी देव के बदले च लेंगे असि परमेश्वर का नाम ले कहने का मतलब परमेश्वर की बंदगी तो वड्डी होर कोई चीज नहीं परमेश्वर तो वड्डी होर कोई चीज नहीं। भाई लहना जी बेचैन ने अंदर की तपश नहीं बुझी हिरदे की प्यास नहीं मुकी अज जदों ये रब्बी बाणी के बोल सुनी ये गुर शब्द ने अंदर नूं टिका के रख दिता इउं लग्या जो तपदे हिरदे ठंड वरत गई होवे इउं लग्या जो जलदे उत्ते किसे पानी पा दिता होवे मन थिर हो गया। पुछया भाई जोत जी नूं हथ जोड़ बेनती कीती तुसीं की पै गांदे हो कह लगे रब्बी बाणी है ये सतगुरु गुरु नानक दे बोल ने ये ते धुर तों आए बोल ने ये खसम की बाणी है ये धुर की बाणी है जो खसम के बोल आखिए कह लगे जिन्हों की मुबारक रसना तो यह पावन बचन आए है मैं उन्होंने दर्शन करने चाहते हैं तो सतगुरु गुरु नानक साहब महाराज के दर्शन की तां भाई लहना जी के मन अंदर पैदा हो गए। जो इस बार देवी के दर्शनों तुरे जथे करतारपुर साहब के बाहर छड़ दिता छड़ के कह लगे मैं सतगुरु गुरु नानक साहब के दर्शन करने गया हम गुरदेव के दर्शन करने जो नगर वाल गए नगर वाले घोड़े से सवार सन क्योंकि मालिक की मेहर सी चंगे परिवार सन चंगे धनवान सन किसी चीज की कमी नहीं इस करके घोड़े से सवार होके जो नगर के नेड़े गए नगर के बार बार एक बजुर्ग मिले उसने ने कह लगे बजुर्गो मैं सतगुरु गुरु नानक साहब के दर्शन करने बजुर्ग ने लगाम पकड़ ली कह लगे आ मैं तेनों सतगुरु के दर से लै जाना लगाम पकड़ के भाई लहना जी घोड़े से सवार ने लगाम पकड़ के बजुर्ग अगे अगे तुर पिया सतगुरु गुरु नानक के घर दातं रब के घर दातं जी हैं वह बजुर्ग सुनाते गए जदों सतगुरु गुरु नानक साहब जी का घर आया तो उस बजुर्ग ने एक वचन किया कह लगे भलिया और सामने दरख्त ना घोड़ा बन ले आ गुरु नानक का घर ही इतने सतगुरु के दर्शन होंगे घोड़ा बन के जो सतगुरु के दर्शन लिए आए उ बजुर्ग जरा घोड़े की लगाम पकड़ी आया उ मंजी से बैठिया तकिया तकदिया सारी पैर थले जमीन कर ओ मना जिन्हों के दर्शन करने की मंच तांग सी जिन्हों की सेवा करने के लिए आया जिन्हों की आसीसा लैन लिए आया वो तेरे घोड़े की लगाम पकड़ के तेन इतने तक लैके आए है मन मन कहते नहीं कंब गया भी मना ये मैं की कर बैठे है जिन्होंने को कुछ प्राप्त करना सी उन्होंने उन्होंने अपने घोड़े की लगाम पकड़ा दी आप घोड़े से सवार होके आया वो पैर लगो घोड़े की लगाम पड़ के आए कहते नहीं मन कंब गया गुरदेव